वेलकम बैक टू आवर यूट्यूब चैनल। स्वागत है एक बार फिर तो तुहाडा। इस तो पहला जी आप एक वीडियो बनाई सी रूमानिया के फिंगर से, उसके काफ़ी वीर कमेंट आ रहे हैं। अज आप उन्होंने बारे गलबात करा, उन्होंने वीर के कुछ क्वेश्चन आ, सो उन्होंने जोड़े आंसर आप देने अज। सो ये वीडियो रूमानिया के उत्ते ही रहेगी। वीडियो शुरू करने तो पहला एक रिक्वेस्ट है, जोड़े वीर इस चैनल से नवे जुड़े है वो चैनल में सबसक्राइब जरूर कर लें, ता जो साड़ियाँ आने वाली नवी नवी वीडियो की जानकारी तुहाडे तक जल्दी तो जल्दी पहुँच सके। ते नाल ही बैल दे बटन नूं प्रेस जरूर कर लिया करो, ता जो नोटिफिकेशन जिहड़ा हैगा वा वो वीडियो दा तुहाडे तक पहुँच सके। ते चलो जी शुरू करदे आं। एक वीर दा कमेंट आया कि जिहड़ा रूमानिया तो हैगा वा इटली दा जां आस्ट्रेलिया दा खर्चा किन्ना आउंदा वा, उत्थों इनलीगल जिहड़ा जांदे आ डोंकी लगा के, उत्तों ब्रदर जिहड़ा खर्चा आ जाता वा, जिहड़ी टैक्सी दी हैगी आ वह तकरीबन 3500 तो 4000 यूरो दे विच विच आ जाता खर्चा। तो जेकर तुसी उत्तों ट्राले च जाते जो तो वह थोड़ा जिहा ज़्यादा पैसे ले लेंदे आ, यानी कि 4500 तो 5000 यूरो भी लै लेंदे आ। तो बट बाकी हर एक जिहड़े हैगे आ एजेंट उन्हां दा वक्खो वक्खरा ही रेट आ। तकरीबन जे तुसी मिनीम लगा के चलो जे टैक्सी की गेम कराते जो रूमानिया तो ਉਹਦਾ ਖਰਚਾ 3500 ਯੂਰੋ ਦੇ ਵਿੱਚ ਵਿੱਚ ਆ ਜਾਂਦਾ ਵਾ ਤੁਹਾਡਾ। ਇੱਕ ਵੀਰ ਦਾ ਕਮੈਂਟ ਆਇਆ ਕਿ ਵੀਰ ਜੀ ਤੁਹਾਡੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਵਾ, ਇਨਫੋਰਮੇਟਿਵ ਹੁੰਦੀਆਂ ਵਾ, ਸੋ ਥੈਂਕ ਯੂ ਉਸ ਵੀਰ ਲਈ ਵੀ। ਇੱਕ ਵੀਰ ਦਾ ਜਿਹੜਾ ਕਮੈਂਟ ਆਇਆ ਉਹ ਪੁੱਛਦਾ ਕਿ ਰੂਮਾਨੀਆ ਦੇ ਵਿੱਚ ਜਿਹੜੀ ਹੈਗੀ ਆ ਹੇਅਰ ਸਲੂਨ ਦੀ ਜੋਬ ਮਿਲ ਜਾਂਦੀ ਆ? ਹਾਂਜੀ ਜ਼ਰੂਰ ਬ੍ਰਦਰ, ਹੇਅਰ ਸਲੂਨ ਦੀਆਂ ਵੀ ਜੋਬਾਂ ਬਹੁਤ ਆ ਰੂਮਾਨੀਆ ਦੇ ਵਿੱਚ, ਉਹ ਤੁਹਾਨੂੰ ਮਿਲ ਜਾਵੇਗੀ, ਕੋਈ ਚੱਕਰ ਨਹੀਂ ਇਹਦਾ ਜੇਕਰ ਤੁਸੀਂ ਕੰਮ ਸਿੱਖਿਆ ਵਾ। ਤੇ ਇੱਕ ਵੀਰ ਦਾ ਕਮੈਂਟ ਆਇਆ ਕਿ ਜੇ ਹੰਗਰੀ ਵਿੱਚ ਫੜੇ ਜਾਂਦੇ ਆ ਤੇ ਉਹ ਵਾਪਸ ਸਾਨੂੰ ਸਰਬੀਆ ਭੇਜਦੇ ਆ, ਤੇ ਸਰਬੀਆ ਵਾਲੇ ਸਾਨੂੰ ਡਾਇਰੈਕਟ ਇੰਡੀਆ ਡਿਪੋਰਟ ਤੇ ਨਹੀਂ ਕਰ ਸਕਦੇ, ਸੋ ਇਹਦੇ ਵਿੱਚ ਇੰਡੀਆ ਤਾਂ ਸਾਨੂੰ ਉਹ ਸਰਬੀਆ ਡਿਪੋਰਟ ਡਾਇਰੈਕਟ ਨਹੀਂ ਕਰ ਸਕਦਾ। ਤੁਹਾਡੇ ਕੋਲ ਕੋਈ ਆਇਡੈਂਟੀ ਨਹੀਂ ਹੋਣੀ ਚਾਹੀਦੀ, ਬਾਕੀ ਡਾਇਰੈਕਟ ਜੋ ਹੈਗਾ ਕੋਈ ਵੀ ਕੰਟਰੀ ਤੁਹਾਨੂੰ ਡਿਪੋਰਟ ਜਿਹੜੀ ਹੈਗੀ ਆ ਨਹੀਂ ਕਰ ਸਕਦੀ। ਇੱਕ ਵੀਰ ਦਾ ਕਮੈਂਟ ਆਇਆ ਵਾ ਜਿਹਦਾ ਨਾਂ ਹੈਗਾ ਵਾ ਰਾਣਾ ਗਿੱਲ, ਅਤੇ ਉਹ ਕਹਿ ਰਿਹਾ ਵਾ ਕਿ ਮੈਂ ਡਿਪੋਰਟ ਹੋ ਕੇ ਆਇਆ ਵਾਂ ਰੂਮਾਨੀਆ ਦੇ ਵਿੱਚ, ਕਲੋਜ਼ ਕੈਂਪ ਦੇ ਵਿੱਚ ਰਿਹਾ ਵਾਂ 9 ਮਹੀਨੇ, ਅਤੇ 9 ਮਹੀਨੇ ਤੋਂ ਬਾਅਦ ਉੱਥੋਂ ਡਿਪੋਰਟ ਹੋ ਕੇ ਵਾਪਸ ਇੰਡੀਆ ਆਇਆ ਵਾਂ। ਸੋ ਇਹ ਵੀਰ ਨੇ ਕਮੈਂਟ ਕੀਤਾ ਵਾ, ਸੋ ਇਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਈਏ। ਅਤੇ ਬਾਕੀ ਉਸ ਵੀਰ ਨੂੰ ਅਸੀਂ ਕਹਿਣਾ ਚਾਹਾਂਗੇ ਜੇ ਹੋਰ ਵੀ ਕੋਈ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਜੋ ਤਾਂ ਆਪਣਾ ਵਟਸਐਪ ਗਰੁੱਪ ਆ ਉਹਦੇ ਵਿੱਚ ਤੁਸੀਂ ਸ਼ੇਅਰ ਕਰ ਸਕਦੇ ਜੋ, ਉਹਦੇ ਵਿੱਚ ਆਪਣਾ ਪਰਸਨਲ ਨੰਬਰ ਦਿੱਤਾ ਵਾ, ਉਹਦੇ 'ਤੇ ਤੁਸੀਂ ਮੈਸੇਜ ਕਰਕੇ ਆਪਣੀ ਜੋ ਵੀ ਹੈਗੀ ਆ ਜਾਣਕਾਰੀ ਦੇ ਸਕਦੇ ਜੋ ਅੱਗੇ ਆਪਾਂ, ਤਾਂ ਕਿ ਹੋਰ ਵੀਰਾਂ ਤੱਕ ਪਹੁੰਚਾ ਸਕੀਏ। ਅਤੇ ਇੱਕ ਵੀਰ ਦਾ ਕਮੈਂਟ ਆਇਆ ਵਾ, ਉਹ ਕਹਿੰਦਾ ਰੂਮਾਨੀਆ ਤੋਂ ਜੇ ਅੱਗੇ ਜਾਂਦੇ ਫੜੇ ਜਾਈਏ, ਜਿੱਦਾਂ ਕਿ ਰੂਮਾਨੀਆ ਤੋਂ ਅਸੀਂ ਇਟਲੀ ਜਾਂ ਆਸਟ੍ਰੇਲੀਆ ਜਾਂਦੇ ਹਾਂ, ਅਤੇ ਹੰਗਰੀ ਦੇ ਵਿੱਚ ਜੇਕਰ ਅਸੀਂ ਫੜੇ ਜਾਂਦੇ ਹਾਂ ਤਾਂ ਉਹ ਸਾਨੂੰ ਡਿਪੋਰਟ ਕਰਦੇ ਆ ਰੂਮਾਨੀਆ, ਅਤੇ ਜੇ ਸਾਡੇ ਕੋਲ ਰੂਮਾਨੀਆ ਦੀ TRC ਜਿੱਦਾਂ ਹੈਗੀ ਆ ਤਾਂ ਸਾਨੂੰ ਡਾਇਰੈਕਟ ਡਿਪੋਰਟ ਤੇ ਨਹੀਂ ਕਰ ਸਕਦੇ ਇੰਡੀਆ ਜਾਂ ਪਾਕਿਸਤਾਨ ਜਿੱਥੋਂ ਵੀ ਹੈਗੇ ਆ। ਸੋ ਉਸ ਵੀਰ ਨੂੰ ਅਸੀਂ ਕਹਿਣਾ ਚਾਹਾਂਗੇ ਜੇਕਰ ਤੁਹਾਡੇ ਕੋਲ ਕੋਈ ਡਾਕੂਮੈਂਟ ਕੋਲ ਹੈਗਾ ਵਾ ਤਾਂ ਫਿਰ ਤਾਂ ਤੁਹਾਨੂੰ ਉਹ ਡਿਪੋਰਟ ਕਰ ਸਕਦੇ ਆ, ਅਤੇ ਜੇਕਰ ਤੁਹਾਡੇ ਕੋਲ ਕੋਈ ਵੀ ਡਾਕੂਮੈਂਟ ਤੁਹਾਡੇ ਕੋਲ ਨਹੀਂ ਹੈਗਾ ਉਸ ਟਾਈਮ ਜਦੋਂ ਤੁਸੀਂ ਫੜੇ ਜਾਂਦੇ ਜੋ, ਤਾਂ ਫਿਰ ਤੁਹਾਨੂੰ ਉਹ ਡਿਪੋਰਟ ਜਿਹੜਾ ਨਹੀਂ ਕਰ ਸਕਦੇ। ਬਟ ਜੇਕਰ ਤੁਹਾਡੇ ਜੇਬ 'ਚ TRC ਮਿਲ ਜਾਂਦੀ ਹੈ, ਤੁਸੀਂ ਕ੍ਰੋਸ ਕਰਦੇ ਫੜੇ ਜਾਂਦੇ ਜੋ, ਤੁਸੀਂ ਉਹਨਾਂ ਨੂੰ ਦਿਖਾਉਂਦੇ ਕਿ ਸਾਡੇ ਕੋਲ TRC ਆ, ਤਾਂ ਵੀ ਉਹ ਸਾਡੀ ਉਹ TRC ਜਿਹੜੀ ਹੈਗੀ ਆ ਉਹ ਆਪਣੇ ਕੋਲ ਫੜ ਕੇ ਰੱਖ ਲੈਣਗੇ ਅਤੇ ਤੁਹਾਨੂੰ ਜਿਹੜਾ ਡਿਪੋਰਟ ਕਰ ਦੇਣਗੇ ਜਾਂ ਕਲੋਜ਼ ਕੈਂਪ ਵਿੱਚ ਰੱਖ ਦੇਣਗੇ। ਅਤੇ ਜਿੰਨਾ ਵੀਰ ਕੋਲ TRC ਹੈਗੀ ਆ ਰੂਮਾਨੀਆ ਦੀ, ਉਹ ਕੋਸ਼ਿਸ਼ ਕਰਨ ਸ਼ੈਨਿੰਗਨ ਵੀਜ਼ਾ ਲੈਣ ਦੀ ਹੰਗਰੀ ਦਾ ਜਾਂ ਹੋਰ ਵੀ ਕਿਸੇ ਸ਼ੈਨਿੰਗਨ ਕੰਟਰੀ ਦਾ, ਆਸਾਨੀ ਨਾਲ ਮਿਲ ਜਾਂਦਾ ਵਾ, ਤਾਂ ਜੋ ਤੁਸੀਂ ਬਜਾਏ ਇਨਲੀਗਲ ਦੇ ਲੀਗਲ ਆ ਸਕੋ ਸ਼ੈਨਿੰਗਨ ਕਿਸੇ ਵੀ ਕੰਟਰੀ ਦੇ ਵਿੱਚ। ਬਟ ਇੱਕ ਗੱਲ ਤਾਂ ਜ਼ਰੂਰ ਹੈ, ਜੇਕਰ ਤੁਸੀਂ TRC ਦੇ ਨਾਲ ਰੂਮਾਨੀਆ ਦੇ ਵਿੱਚ ਫੜੇ ਜਾਂਦੇ ਜੋ ਬਾਰਡਰ ਕ੍ਰੋਸ ਕਰਦੇ, ਅਤੇ ਉਹ ਤੁਹਾਡੀ ਉਹ TRC ਵੀ ਜਿਹੜੀ ਉਹ ਕੈਂਸਲ ਕਰ ਸਕਦੇ ਆ ਅਤੇ ਤੁਹਾਨੂੰ ਵਾਪਸ ਇੰਡੀਆ ਜਾਂ ਪਾਕਿਸਤਾਨ ਡਿਪੋਰਟ ਕਰ ਦੇਣਗੇ, ਉਹ ਤੁਹਾਨੂੰ ਰੱਖਣਗੇ ਨਹੀਂ। ਇਹੋ ਜਿਹੇ ਕੰਮਾਂ ਵਿੱਚ ਜਿਹੜਾ ਹੈਗਾ ਰੂਮਾਨੀਅਨ ਗੌਰਮੈਂਟ ਬਹੁਤ ਹੀ ਸਖਤ ਆ। ਇੱਕ ਵੀਰ ਦਾ ਕਮੈਂਟ ਆਇਆ, ਉਹ ਪੁੱਛਦਾ ਵਾ ਕਿ ਸਰ ਲਿਬੀਆ ਸੇ ਬਹੁਤ ਲੋਕ ਜਿਹੜੇ ਹੋਏ ਹਨ ਡੋਂਕੀ ਲਗਾ ਰਹੇ ਹੈ, ਸੋ ਉਹਦੀ ਜਾਣਕਾਰੀ ਦੇ ਲਈ ਆਪਾਂ ਦੱਸ ਦਈਏ ਕਿ ਜਿਹੜਾ ਲਿਬੀਆ ਹੈਗਾ ਵਾ ਉਹ ਨੌਰਥ ਅਫਰੀਕਾ ਦੇ ਵਿੱਚ ਪੈਂਦਾ ਵਾ, ਅਤੇ ਉਹਦੇ ਨਾਲ ਜਿਹੜਾ ਯੂਰਪ ਦਾ ਕਿਸੇ ਵੀ ਕੰਟਰੀ ਦਾ ਬਾਰਡਰ ਨਹੀਂ ਲੱਗਦਾ, ਉਹਦੇ ਵਿੱਚ ਸਾਰਾ ਪੈਂਦਾ ਵਾ ਸਮੁੰਦਰ, ਅਤੇ ਉਹਨੂੰ ਜ਼ਿਆਦਾਤਰ ਜਿਹੜਾ ਉਹਦੇ ਕੋਲ ਬਾਰਡਰ ਪੈਂਦਾ ਵਾ ਉਹ ਇਟਲੀ ਦਾ ਵਾ। ਲਿਬੀਆ ਤੋਂ ਜ਼ਿਆਦਾ ਲੋਕ ਸਮੁੰਦਰ ਦੇ ਰਸਤੇ ਇਟਲੀ ਜਾਂਦੇ ਆ,
ਸੋ ਇਹ ਬਹੁਤ ਹੀ ਜ਼ਿਆਦਾ ਰਿਸਕੀ ਆ ਅਤੇ ਲਿਬੀਆ ਤੋਂ ਜਿਹੜਾ ਹੈਗਾ ਵਾ ਜਾਂ ਤੁਨੀਸ਼ੀਆ ਹੋ ਗਿਆ ਲਿਬੀਆ ਹੋ ਗਿਆ ਉੱਥੋਂ ਤੁਸੀਂ ਬਾਏ ਬੋਟ ਹੀ ਜਿਹੜਾ ਇਟਲੀ ਜਾ ਸਕਦੇ ਜੋ ਵੈਸੇ ਤੁਸੀਂ ਬਾਏ ਰੋਡ ਜਾਂ ਬਾਏ ਫਲਾਈਟ ਕਿਸੇ ਵੀ ਤਰ੍ਹਾਂ ਨਹੀਂ ਜਾ ਸਕਦੇ ਉਹਦੇ ਲਈ ਤੁਹਾਨੂੰ ਵੀਜ਼ੇ ਦੀ ਜ਼ਰੂਰਤ ਆ ਅਤੇ ਜਿਹੜੇ ਇਨਲੀਗਲ ਲੈ ਕੇ ਜਾਂਦੇ ਆ ਉਹ ਬਾਏ ਬੋਟ ਹੀ ਉੱਥੋਂ ਲੈ ਕੇ ਜਾਂਦੇ ਆ ਅਤੇ ਉਹ ਬਹੁਤ ਹੀ ਰਿਸਕੀ ਆ ਉਹਦੇ ਵਿੱਚ ਬੰਦੇ ਪਹੁੰਚਦੇ ਹੀ ਨਹੀਂ ਗੇ ਬਹੁਤ ਜ਼ਿਆਦਾ ਕੰਟਰੋਲ ਹੁੰਦਾ ਵਾ ਇਸ ਜਗ੍ਹਾ ਦੇ 'ਤੇ ਇੱਕ ਵੀਰ ਦਾ ਕਮੈਂਟ ਆਇਆ ਕਿ ਉਹ ਕਹਿੰਦਾ ਵਾ ਕਿ ਸਲਵੀਨੀਆ ਤੋਂ ਇਟਲੀ ਜਾ ਕੇ ਪੇਪਰ ਬਣਵਾ ਸਕਦੇ ਹਾਂ ਅਤੇ ਹਾਂਜੀ ਜਨਾਬ ਜ਼ਰੂਰ ਤੁਸੀਂ ਸਲਵੀਨੀਆ ਤੋਂ ਇਟਲੀ ਜਾ ਕੇ ਪੇਪਰ ਬਣਵਾ ਸਕਦੇ ਜੋ ਬਟ ਪੇਪਰ ਤੁਸੀਂ ਇਟਲੀ ਦੇ ਵਿੱਚ ਉਦੋਂ ਹੀ ਲਗਵਾ ਸਕਦੇ ਜੋ ਜਦੋਂ ਇਟਲੀ ਨੇ ਪੇਪਰ ਓਪਨ ਕੀਤੇ ਹੋਣ ਤਾਂ ਹੀ ਤੁਸੀਂ ਆਪਣੇ ਪੇਪਰ ਅਪਲਾਈ ਕਰਕੇ ਕੋਂਟੈਕਟ ਲੈ ਕੇ ਆਪਣੇ ਪੇਪਰ ਜਿਹੜੇ ਆ 2-2.5 ਸਾਲ 3 ਸਾਲ ਦੇ ਵਿੱਚ ਇਟਲੀ ਦੇ ਵਿੱਚ ਬਣਵਾ ਸਕਦੇ ਜੋ ਇੱਕ ਵੀਰ ਦਾ ਕਮੈਂਟ ਆਇਆ ਵਾ ਕਿ ਜੇ ਇਟਲੀ ਦੇ ਵਿੱਚ ਫੜੇ ਜਾਂਦੇ ਆ ਤਾਂ ਉਹ ਕੀ ਕਰਦੇ ਨੇ ਅਤੇ ਜੇਕਰ ਤੁਸੀਂ ਇਟਲੀ ਦੇ ਵਿੱਚ ਫੜੇ ਜਾਂਦੇ ਜੋ ਕਿਸੇ ਵੀ ਜੇਕਰ ਸਲਵੀਨੀਆ ਬਾਰਡਰ ਦੇ ਕੋਲ ਤੁਸੀਂ ਕ੍ਰੋਸ ਕਰਕੇ ਇਟਲੀ ਦੇ ਵਿੱਚ ਐਂਟਰ ਹੋ ਗਏ ਜੋ ਇਟਲੀ ਦੇ ਅੰਦਰ ਤੁਸੀਂ 20 ਕਿਲੋਮੀਟਰ ਫੜੇ ਜਾਂਦੇ ਜੋ ਅਤੇ ਉਹ ਤੁਹਾਨੂੰ ਉੱਥੇ ਫਿੰਗਰ ਲੈ ਕੇ ਕੈਂਪ ਦੇ ਵਿੱਚ ਲੈ ਜਾਂਦੇ ਆ ਜੇਕਰ ਤੁਸੀਂ ਕੈਂਪ ਰਹਿਣਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਆ ਜੇਕਰ ਨਹੀਂ ਰਹਿਣਾ ਚਾਹੁੰਦੇ ਤਾਂ ਤੁਸੀਂ ਬਾਹਰ ਆਪਣੇ ਰਿਲੇਟਿਵ ਯਾਰ ਦੋਸਤ ਮਿੱਤਰ ਕਿਸੇ ਕੋਲ ਵੀ ਜਾ ਸਕਦੇ ਜੋ ਕੋਈ ਓਬਜੈਕਸ਼ਨ ਨਹੀਂ ਹੈ ਇਹਦੇ ਵਿੱਚ ਇੱਕ ਵੀਰ ਦਾ ਕਮੈਂਟ ਆਇਆ ਕਿ ਅਸੀਂ ਸਲਵੀਨੀਆ ਤੋਂ ਇਟਲੀ ਕਿਵੇਂ ਜਾ ਸਕਦੇ ਹਾਂ ਸਲਵੀਨੀਆ ਤੋਂ ਇਟਲੀ ਜਾਣਾ ਇੰਨਾ ਔਖਾ ਨਹੀਂ ਹੈ ਜੇਕਰ ਤੁਸੀਂ ਸਲਵੀਨੀਆ ਦੇ ਵਿੱਚ ਹੋ ਤੁਸੀਂ ਜੇਕਰ ਕੈਂਪ ਵਿੱਚ ਹੋ ਤਾਂ ਤਾਂ ਤੁਹਾਡੇ ਲਈ ਬਹੁਤ ਈਜ਼ੀ ਹੈ ਤੁਸੀਂ ਟ੍ਰੇਨ ਲੈ ਕੇ ਜਾ ਸਕਦੇ ਜੋ ਇਟਲੀ ਦੇ ਵਿੱਚ ਬਟ ਜੇਕਰ ਤੁਹਾਡੇ ਕੋਲ ਕੁਛ ਵੀ ਨਹੀਂ ਆ ਤੁਸੀਂ ਬਿਨਾਂ ਵੀਜ਼ੇ ਤੋਂ ਜੋ ਸਲਵੀਨੀਆ ਦੇ ਵਿੱਚ ਰਹਿ ਰਹੇ ਤਾਂ ਫਿਰ ਤੁਸੀਂ ਬਾਏ ਟੈਕਸੀ ਜੋ ਕਿ ਹੈਗਾ ਵਾ ਕਰੀਬ 700-800 ਯੂਰੋ ਦਾ ਖਰਚਾ ਹੁੰਦਾ ਵਾ ਤੁਸੀਂ ਇਟਲੀ ਜਾ ਸਕਦੇ ਜੋ ਸਲਵੀਨੀਆ ਤੋਂ ਕਈ ਵੀਰ ਜਿਹੜੇ ਹੈਗੇ ਆ ਬਿਨਾਂ ਕਿਸੇ ਪਰੂਫ ਤੋਂ ਵੀ ਟ੍ਰੇਨ ਦੇ ਵਿੱਚ ਵੀ ਇਟਲੀ ਦੇ ਵਿੱਚ ਗਏ ਆ ਉੱਥੋਂ ਜਾ ਸਕਦੇ ਇੰਨਾ ਔਖਾ ਨਹੀਂ ਹੈ ਸਲਵੀਨੀਆ ਤੋਂ ਬਟ ਜੇਕਰ ਸਲਵੀਨੀਆ ਤੋਂ ਤੁਸੀਂ ਕਰਸ਼ੀਆ ਵਾਲੀ ਸਾਈਡ ਬਾਰਡਰ ਦੇ ਕੋਲ ਕਿਤੇ ਫੜੇ ਜਾਂਦੇ ਜੋ ਅਤੇ ਤਾਂ ਜਿਹੜੇ ਹੈਗੇ ਆ ਸਲਵੀਨੀਆ ਵਾਲੇ ਤੁਹਾਨੂੰ ਵਾਪਸ ਕਰਸ਼ੀਆ ਡਿਪੋਰਟ ਕਰ ਦਿੰਦੇ ਆ ਅਤੇ ਕਰਸ਼ੀਆ ਵਾਲੇ ਜਿਹੜੇ ਹੈਗੇ ਆ ਤੁਹਾਨੂੰ ਸਰਬੀਆ ਜਾਂ ਬੋਸਨੀਆ ਡਿਪੋਰਟ ਕਰ ਦੇਣਗੇ ਇਹ ਤਾਂ ਸੀ ਜੇ ਵੀਰਾਂ ਦੇ ਕਮੈਂਟਾਂ ਦੀ ਜਿਹੜੀ ਹੈਗੀ ਆ ਵਾਪਸ ਰਿਪਲਾਈ ਸੋ ਜਿਹੜੇ ਵੀਰਾਂ ਦਾ ਇਹ ਰਹਿ ਗਿਆ ਵਾ ਰਿਪਲਾਈ ਵੀਡੀਓ ਬਹੁਤ ਵੱਡੀ ਹੋ ਜਾਵੇਗੀ ਸੋ ਉਹ ਵੀਰ ਦੁਬਾਰਾ ਆਪਣਾ ਕਮੈਂਟ ਕਰ ਸਕਦੇ ਆ ਸੋ ਆਪਾਂ ਉਹਨਾਂ ਦੇ ਨਵੀਂ ਵੀਡੀਓ ਬਣਾ ਕੇ ਉਹਨਾਂ ਦੇ ਜਿਹੜੇ ਕੁਐਸਚਨਾਂ ਦੇ ਆਨਸਰ ਦੇ ਦੇਵਾਂਗੇ ਸੋ ਇਹ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਬਾਕੀ ਇਸ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਵੀਰ ਪਹਿਲੀ ਵਾਰ ਬਣੇ ਆ ਧੰਨਵਾਦ ਸਾਰਿਆਂ ਦਾ।